लोक कवि संत राम उदासी जिसका जन्म तो पंजाब च होया पर संस्कार हजूर साहब होया उसका भोग भी हजूर साहब पाया गया। संत राम उदासी जिसनू पुलिस ने पुठिया लमका छड़िया हत्थां च सुइयां मारियां गईयां वाल पुट के खोपड़ी नंगी कीती गई। संत राम उदासी सारयां नू प्यार भरी सत श्री अकाल। मैं अवतार सिंह औलख तुसी देख रहे हो पंजाबी साहित। अज आपां गल कर रहे हैं लोक कवि संत राम उदासी बारे। संत राम उदासी 20 अप्रैल 1939 नूं जिला बरनाला दा पिंड रायसर कमियां दे वेड़े जम्मिया सी। उस दे पिता मेहर सिंह दी सीर कीता भेडां चारियां ते बटाई दे खेती कीती। उहदी माता धन कौर ने चक्कियां पीण तों लैके जिमीदारां दा गोहा गूड़ा कीता। उदासी दा पड़दादा भाई काला सिंह अपने समें दा चंगा गवंतरी सी। उदासी नूं सरौंदी आवाज़ अपने पड़दादे तों विरसे विच मिली। पड़दादा महफलां दा शिंगार सी। महफलीए उस नूं भाई के दयालपुरे तों रायसर ले आए। उदासी होणी 5 भरा सन गुरदास सिंह हरदास सिंह पूरा प्रकाश सिंह संत राम उदासी ते गुरदेव सिंह कोयल। तीन भैणा सन सत्या बसंत कौर ते सुखदेव कौर। भैणा दे निक्के नां सन काकी कुको ते निक्की। संत राम उदासी ने हमेशा दब्बियां कुचलियां गरीबां मजदूरां लई लिखिया ते गाया। जदों ओह रोह नाल गाउंदा ਤਾਂ ਉਹਦੀ ਰਹੀਲੀ ਲਲਕਾਰ ਹੋਰ ਵੀ ਪ੍ਰਚੰਡ ਹੋ ਜਾਂਦੀ। ਆਪਣਾ ਖੱਬਾ ਹੱਥ ਕੰਨ 'ਤੇ ਧਰ ਸੱਜੀ ਬਾਂਹ ਆਕਾਸ਼ ਵੱਲ ਉਗਾਸਦਾ ਤਾਂ ਉਹਦੇ ਹੇਕ ਮਾਰਦੇ ਬੋਲ ਦੂਰ ਦੂਰ ਤੱਕ ਗੂੰਜਦੇ। ਮਲਵਈ ਪੁੱਠ ਵਾਲੀ ਲਰਜਦੀ ਲਲਕਾਰ ਨਾਲ ਚਾਰ ਚਫੇਰਾ ਲਰਜ ਉੱਠਦਾ। ਉਹਦੀ ਬਾਗੀ ਸੁਰ ਹਜ਼ਾਰਾਂ ਸਰੋਤਾਂ 'ਚ ਝੋੜ ਦਿੰਦੀ। ਉਹਨਾਂ ਦੇ ਦਿਲਾਂ ਦਿਮਾਗਾਂ 'ਤੇ ਜੰਮਿਆ ਜੰਗਾਲ ਉਤਰ ਜਾਂਦਾ ਤੇ ਉਹ ਹਿੱਕ ਤਾਣ ਕੇ ਗਾਉਂਦਾ। ਇਸ ਕੱਚੀ ਚਮਕੌਰ ਦੀ ਕੜੀ ਮੂਰੇ ਕਿਲਾ ਦਿੱਲੀ ਤਾਂ ਅਸੀਂ ਹੀ ਚੁਕਾ ਦਿਆਂਗੇ। ਚੂਰਾ ਕਰੀ ਨਾ ਕਿਲੇ ਅਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਮਾਛੀ ਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ। ਇੰਨਾ ਸੂਲਾ ਨੇ ਦਿੱਤਾ ਨਾ ਸੌਣ ਤੈਨੂੰ ਛਾਂਗ ਦਿਆਂਗੇ ਖੰਡੇ ਦੀ ਤਾਰ ਬਣ ਕੇ। ਸੰਤ ਰਾਮ ਉਦਾਸੀ ਅਤੇ ਸ਼ਿਵ ਕੁਮਾਰ ਬਟਾਲਵੀ ਸਮਕਾਲੀ ਕਵੀ ਸਨ। ਉਨੀ ਦਿਨੀ ਕਾਲਜਾਂ ਵਿੱਚ ਉਦਾਸੀ ਉਦਾਸੀ ਹੁੰਦੀ ਸੀ। ਉਹ ਜਮਾਤੀ ਦੁਸ਼ਮਣਾਂ ਦੇ ਸਫਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਗਾਉਂਦਾ। ਕਵੀ ਦਰਬਾਰਾਂ 'ਚ ਸ਼ਿਵ ਕੁਮਾਰ ਦੀ ਆਪਣੀ ਥਾਂ ਸੀ। ਉਦਾਸੀ ਨੇ ਵਿਦਿਆਰਥੀ ਰੈਲੀਆਂ 'ਚ ਆਪਣਾ ਨਾਂ ਬਣਾਇਆ। ਸ਼ਿਵ ਕੁਮਾਰ ਪਿਆਰ ਮੁਹੱਬਤ ਬਿਰਹਾ ਵਿਯੋਗ ਅਤੇ ਮੌਤ ਦੇ ਨਗਮੇ ਗਾਉਂਦਾ। ਉਦਾਸੀ ਇਨਕਲਾਬ ਦੀਆਂ ਹੇਕਾਂ ਲਾਉਂਦਾ। ਦੋਵੇਂ ਆਵਾਜ਼ ਦੇ ਧਨੀ ਸਨ ਜੋ ਬਿਨਾਂ ਸਾਜ਼ਾਂ ਤੋਂ ਤਰਨਮ ਵਿੱਚ ਗਾਉਂਦੇ। ਸ਼ਿਵ ਦਰਦੀਲਾ ਸੀ, ਉਦਾਸੀ ਰੋਹੀਲਾ ਸੀ। ਉਦਾਸੀ ਦੇ ਤੱਤੇ ਸਰੋਤੇ ਸ਼ਿਵ ਕੁਮਾਰ ਦੀਆਂ ਪ੍ਰੈਪੁੜੀਆਂ ਬਣਾ ਕੇ ਉਹਦਾ ਮਜ਼ਾਕ ਉਡਾਉਂਦੇ, ਘੋੜਾ ਦੱਸਦੇ। ਅਤੇ ਉਦਾਸੀ ਨਾਲ ਜੱਗੋ ਤੇਰਵੀਆਂ ਹੋਈਆਂ। ਲੋਕ ਕਿਤਾਂ ਨੂੰ ਪਰਨਾਈਆਂ ਨਜ਼ਮਾਂ ਲਿਖਣ ਅਤੇ ਗਾਉਣ ਬਦਲੇ ਸਮੇਂ ਦੀ ਹਾਕਮਾਂ ਦੀ ਵਹਿਸ਼ੀ ਪੁਲਿਸ ਨੇ 11 ਜਨਵਰੀ 1971 ਨੂੰ ਪੋਹ ਦੀ ਠਰੀ ਰਾਤੇ ਉਸਨੂੰ ਚੁੱਕ ਲਿਆ ਅਤੇ ਲੱਡਾ ਕੋਠੀ ਦੇ ਕਸਾਈਖਾਨੇ ਵਿੱਚ ਲਿਆ ਸੁੱਟਿਆ। ਬੁੱਢੀ ਮਾਂ ਜਿਵੇਂ ਕਿਵੇਂ ਲੱਡਾ ਕੋਠੀ ਪਹੁੰਚੀ। ਡਰ ਸੀ ਕਿ ਉਦਾਸੀ ਨੂੰ ਕਿਤੇ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਨਾ ਦਿੱਤਾ ਹੋਵੇ। ਹੰਝੂ ਕੀਰ ਦੀ ਮਾਤਾ ਨੇ DSP ਅੱਗੇ ਅਰਜ਼ ਗੁਜ਼ਾਰੀ, ਵੇ ਵੀਰਾ ਮੈਂ ਸੰਤ ਰਾਮ ਦੀ ਮਾਂ ਹਾਂ, ਆਪਣੇ ਪੁੱਤ ਨੂੰ ਮਿਲਣ ਆਈ ਹਾਂ, ਮਿਲਾ ਦਿਓ, ਰੱਬ ਤੁਹਾਡਾ ਭਲਾ ਕਰੇ। ਉਸ ਵੇਲੇ ਉਦਾਸੀ ਮੂਧੇ ਮੂੰਹ ਬੇਸੁਰਤ ਪਿਆ ਸੀ। ਉਸ ਨੂੰ ਇੰਨਾ ਕੁੱਟਿਆ ਮਾਰਿਆ ਗਿਆ ਸੀ ਕਿ ਉੱਠ ਨਹੀਂ ਸੀ ਸਕਦਾ। ਰੱਸਿਆਂ ਨਾਲ ਪੁੱਠਾ ਟੰਗ ਕੇ ਸਿਰ ਡੰਡਿਆਂ ਨਾਲ ਭੰਨਿਆ ਗਿਆ ਸੀ। ਸਿਰ ਹੇਠਾਂ ਵੱਡੀ ਮੋਮਬੱਤੀ ਬਾਲ ਕੇ ਸੇਕ ਦਿੱਤਾ ਗਿਆ ਸੀ ਤਾਂ ਕਿ ਦਿਮਾਗ ਦੀ ਮਿੱਝ ਢਾਲ ਕੇ ਉਦਾਸੀ ਨੂੰ ਕਮਲਾ ਕਰ ਦਿੱਤਾ ਜਾਵੇ ਅਤੇ ਮੁੜ ਕੇ ਉਹ ਨਾ ਗਾ ਸਕੇ ਨਾ ਲਿਖ ਸਕੇ। ਹੱਥਾਂ ਦੇ ਪੋਟਿਆਂ ਨੂੰ ਸੂਈਆਂ ਮਾਰ ਕੇ ਛਾਨਣੀ ਕੀਤਾ ਹੋਇਆ ਸੀ। ਸਿਰ ਦੇ ਵਾਲ ਪੁੱਟ ਕੇ ਖੋਪੜੀ ਰੋਡੀ ਕੀਤੀ ਪਈ ਸੀ।
ਉੱਤੋਂ ਪੋਹ ਦੀ ਕਕਰਮਾਈ ਰਾਤ ਠਾਰੀ। ਉਦਾਸੀ ਦੇ ਪੈਰਾਂ ਦੀਆਂ ਤਲੀਆਂ ਵਿੱਚ ਖੂਨ ਜੰਮਿਆ ਹੋਇਆ ਸੀ। ਸਰੀਰ ਦੇ ਸਾਰੇ ਜੋੜ ਡੰਡੇ ਮਾਰ ਮਾਰ ਸਜਾਏ ਪਏ ਸਨ। DSP ਨੂੰ ਮਾਈ ਨੇ ਪੁੱਛਿਆ, ਜੇ ਉਦਾਸੀ ਨੂੰ ਦੂਰੋਂ ਦਿਖਾ ਦਈਏ ਕੋਈ ਇਤਰਾਜ ਤਾਂ ਨਹੀਂ? ਮਮਤਾ ਦੀ ਮਾਰੀ ਮਾਂ ਨੇ ਕਿਹਾ, ਵੇ ਵੀਰਾ, ਮੈਂ ਗਰੀਬੀ ਨੂੰ ਕਾਹਦਾ ਇਤਰਾਜ਼ ਕਰਨਾ? ਤੁਹਾਡੇ ਰਹਿਮ ਨਾਲ ਮੇਰਾ ਪੁੱਤ ਮੈਨੂੰ ਦਿਸ ਜੇ, ਮੈਂ ਸਮਝ ਲੂੰ ਮੇਰਾ ਪੁੱਤ ਜਿਉਂਦਾ। ਪੁਲਿਸ ਨੇ ਮਾਰਿਆ ਨਹੀਂ, ਮੈਂ ਤਾਂ ਉਹਨੂੰ ਦੇਖਣਾ ਹੀ ਚਾਹੁੰਦੀ ਹਾਂ। ਜੇ ਮੇਰੇ ਨੇੜੇ ਨਹੀਂ ਲੈ ਕੇ ਆਉਣਾ, ਬੇਸ਼ੱਕ ਨਾ ਲਿਆਓ, ਮੈਨੂੰ ਦੂਰੋਂ ਹੀ ਖੜ੍ਹਾ ਦਿਖਾ ਦਿਓ। ਸੰਤ ਰਾਮ ਦੂਰੋਂ ਖੜ੍ਹਾ ਹੀ ਆਖ ਦੇਵੇ, ਬੇਬੇ ਮੈਂ ਜਿਉਂਦਿਆਂ, ਤੂੰ ਘਰ ਚਲੀ ਜਾ। ਹਵਲਦਾਰ ਬੈਰਕ ਵਿੱਚ ਜਾ ਕੇ ਉਦਾਸੀ ਨੂੰ ਹਲੂਣ ਲੱਗਾ। ਓਏ ਉਦਾਸੀ, ਓਏ ਉਦਾਸੀ, ਉੱਠ ਓਏ, ਤੇਰੀ ਮਾਂ ਤੈਨੂੰ ਮਿਲਣ ਆਈ ਹੈ, ਬਾਹਰ ਖੜ੍ਹੀ ਹੈ ਤੇਰੀ ਮਾਂ, ਉੱਠ ਨਹੀਂ ਤਾਂ ਮਰ ਜੂ ਉਹ ਵੀ। ਮਾਂ ਸ਼ਬਦ ਨੇ ਉਦਾਸੀ ਦੀ ਸੁਰਤ ਮੋੜੀ, ਕਿਤੇ ਉਹ ਸੱਚੀ ਨਾ ਸਾਹ ਖਿੱਚ ਜੇ। ਉਹ ਔਖਾ ਸੌਖਾ ਮਾਂ ਤੱਕ ਪੁੱਜਾ ਅਤੇ ਦੂਰੋਂ ਹੀ ਸੋਚ ਕੇ ਬੋਲਿਆ, ਮਾਂ ਮੈਂ ਠੀਕ ਹਾਂ, ਤੂੰ ਕਿਤੇ ਮਮਤਾ ਦੇ ਪਿਆਰ 'ਚ ਸਾਹ ਨਾ ਚੜ੍ਹਾ ਲਈ, ਇੱਥੇ ਫੇਰ ਕੌਣ ਸਾਂਭੂਗਾ ਤੈਨੂੰ? ਮਾਂ ਨੇ ਪੀਣਾ ਪੁਰੁਨੇ ਘਾਇਲ ਪੁੱਤਰ ਨੂੰ ਬੁੱਕਲ 'ਚ ਲੈ ਕੇ ਪਿਆਰ ਦਿੱਤਾ ਅਤੇ ਕਿਹਾ, ਪੁੱਤ ਤੇਰਾ ਰੱਬ ਰਾਖਾ, ਪੁੱਤ ਹੁਣ ਮੇਰਾ ਸਾਹ ਨਹੀਂ ਚੜ੍ਹਦਾ, ਤੂੰ ਮੇਰਾ ਫਿਕਰ ਨਾ ਕਰੀਂ। ਬਸ ਇੰਨੀ ਹੀ ਮੁਲਾਕਾਤ ਹੋ ਸਕੀ। ਨਸਲਵਾੜੀ ਲਹਿਰ ਨਾਲ ਪਰਨਾਇਆ ਹੋਣ ਕਰਕੇ ਉਹ ਗੁਰਦੁਆਰਿਆਂ ਦੀਆਂ ਸਟੇਜਾਂ ਉੱਤੇ ਵੀ ਇਨਕਲਾਬੀ ਸਿੱਖ ਵਿਰਸੇ ਦੀਆਂ ਬਾਤਾਂ ਪਾਉਂਦਾ ਸੀ। ਸਰਕਾਰੀ ਕਵੀ ਦਰਬਾਰਾਂ 'ਚ ਸਥਾਪਤੀ ਵਿਰੋਧੀ ਕਵਿਤਾਵਾਂ ਪੜ੍ਹਦਾ। ਅਫਸਰਾਂ ਦੀ ਉਹਦੇ ਕਦੇ ਖੁਸ਼ਾਮਦ ਨਹੀਂ ਕੀਤੀ ਅਤੇ ਨਾ ਹੀ ਸਰਕਾਰ ਦੇ ਸੋਹਲੇ ਗਾਏ। ਉਹ ਸਥਾਪਤੀ ਦੇ ਮੰਚ ਉੱਤੇ ਸਥਾਪਤੀ ਵਿਰੁੱਧ ਬੋਲਦਾ, ਦਿੱਲੀਏ ਦਿਆਲਾ ਦੇਖ, ਕਵਿਤਾ ਉਸਨੇ ਲਾਲ ਕਿਲ੍ਹੇ ਦੇ ਸਰਕਾਰੀ ਕਵੀ ਦਰਬਾਰ 'ਚ ਪੜ੍ਹੀ ਸੀ। ਡਰੌਲੀ ਭਾਈ ਦਾ ਗੁਰਚਰਨ ਸਿੰਘ ਸੰਘਾ ਢੁੱਡੀ ਕੇ ਪੜ੍ਹਦਿਆਂ ਉਦਾਸੀ ਦਾ ਦੋਸਤ ਬਣ ਗਿਆ ਸੀ। ਸਮਾਂ ਪਾ ਕੇ ਉਹ ਸ਼੍ਰੀ ਹਜ਼ੂਰ ਸਾਹਿਬ ਤੋਂ ਨਿਕਲਦੇ ਸੱਚਖੰਡ ਪੱਤਰ ਦਾ ਸੰਪਾਦਕ ਬਣਿਆ। ਉਦਾਸੀ ਦੇ ਅੰਤਲੇ ਸਮੇਂ ਦਾ ਚਸ਼ਮਦੀਦ ਗਵਾਹ ਹੈ। ਉਸਦਾ ਲਿਖਤੀ ਬਿਆਨ ਹੈ ਕਿ ਗੱਲ 1972-73 ਦੀ ਹੈ, ਜਦ ਸੰਤ ਰਾਮ ਉਦਾਸੀ ਲੋਕਾਂ ਦੇ ਦਿਲਾਂ ਦੀ ਆਵਾਜ਼ ਬਣ ਗਿਆ ਸੀ। ਉਸਨੇ ਨਾਅਰਾ ਦਿੱਤਾ ਸੀ, ਗੁਰੂ ਗੋਬਿੰਦ ਸਿੰਘ ਦਾ ਰਾਹ ਸਾਡਾ ਰਾਹ। ਉਸਨੇ ਆਖਰੀ ਗੱਲ ਦੱਸੀ, ਅਕਤੂਬਰ 1986 'ਚ ਉਦਾਸੀ ਮੈਨੂੰ ਬਾਘੇ ਪੁਰਾਣੇ ਸਹਿ ਸਭਾ ਦੀ ਮੀਟਿੰਗ ਵਿੱਚ ਮਿਲਿਆ ਸੀ। ਉੱਥੇ ਤੈਅ ਹੋਇਆ ਕਿ ਗੁਰਤਾ ਗੱਦੀ ਦਿਹਾੜੇ ਨਦੇੜ ਦੇ ਕਵੀ ਦਰਬਾਰ 'ਚ ਉਹ ਸ਼ਾਮਲ ਹੋਵੇਗਾ। 1 ਨਵੰਬਰ 1986 ਤੋਂ ਪ੍ਰੋਗਰਾਮ ਸ਼ੁਰੂ ਹੋਏ। ਆਖਿਰਲੀ ਰਾਤ 5 ਨਵੰਬਰ ਨੂੰ ਉੱਚ ਪਾਏ ਦਾ ਕਵੀ ਦਰਬਾਰ ਹੋਇਆ, ਜਿਸ ਵਿੱਚ ਉਦਾਸੀ ਨੇ ਬਹੁਤ ਉੱਚੀ ਕਿਲ ਕਿਲ ਕੇ ਗਾਇਆ ਅਤੇ ਬਾਜੀ ਲੈ ਗਿਆ। ਕਵੀ ਦਰਬਾਰ ਤੋਂ ਬਾਅਦ ਮੈਂ ਉਦਾਸੀ ਰਾਤ ਦੇ ਤਕਰੀਬਨ 2:45 ਤੱਕ ਇਕੱਠੇ ਬੈਠੇ ਰਹੇ। ਉਦਾਸੀ ਮੇਰੇ ਗੱਲ ਲੱਗ ਕੇ ਰੋਣ ਲੱਗਾ, ਸੰਗੇ ਬਾਈ ਮੈਂ ਜ਼ਿੰਦਗੀ ਤੋਂ ਤੰਗ ਆ ਗਿਆ, ਘਰ ਤੋਂ ਸੰਨਿਆਸ ਲੈਣਾ ਚਾਹੁੰਦਾ, ਤੂੰ ਥੋੜ੍ਹਾ ਬਹੁਤਾ ਸਾਥ ਦੇ। ਮੈਂ ਆਖਿਆ, ਉਦਾਸੀ ਤੂੰ ਘਬਰਾ ਨਾ, ਤੈਨੂੰ ਮੈਂ ਅੱਖਾਂ ਦੀਆਂ ਪੁਤਲੀਆਂ 'ਚ ਲੁਕੋ ਸਕਦਾ। ਪ੍ਰੋਫੈਸਰ ਬਲਕਾਰ ਸਿੰਘ ਨੇ ਉਦਾਸੀ ਦੀਆਂ ਟਿਕਟਾਂ ਬੁੱਕ ਕਰਾਈਆਂ ਸਨ। ਉਸ ਦੀ ਵਿਗੜੀ ਹਾਲ ਦੇਖ ਕੇ ਮੈਂ ਉਸ ਨੂੰ ਆਪਣੇ ਕੋਲ ਰੱਖਣ ਦਾ ਬੜਾ ਯਤਨ ਕੀਤਾ, ਪਰ ਉਸਨੇ ਉੱਕਾ ਨਾ ਕਰ ਦਿੱਤੀ। ਸਵੇਰੇ ਸਾਜਰੇ ਹੀ ਉਹ ਬਲਕਾਰ ਸਿੰਘ ਨਾਲ ਗੱਡੀ ਚੜ੍ਹ ਗਿਆ ਅਤੇ ਗੱਡੀ ਵਿੱਚ ਸੁੱਤੇ ਪਏ ਦੀ ਉਹਦੀ ਮੌਤ ਹੋ ਗਈ। ਉਹਦਾ ਸੰਸਕਾਰ ਮਨਵਾੜ ਦੇ ਸਿਆਂ ਵਿੱਚ ਕੀਤਾ ਗਿਆ ਅਤੇ ਹਜ਼ੂਰ ਸਾਹਿਬ ਭੋਗ ਪਾਉਣ ਪਿੱਛੋਂ ਫੁੱਲ ਗੋਦਾਵਰੀ ਨਦੀ ਵਿੱਚ ਤਾਰੇ ਗਏ। ਅਜਿਹੀ ਹੋਣੀ ਸੀ ਪੰਜਾਬ ਦੇ ਜਾਏ, ਲੋਕ ਕਵਦੇ ਮਗਦੇ ਸੂਰਜ ਕੰਮੀਆਂ ਕਿਰਤੀਆਂ ਦੇ ਲੋਕ ਕਵੀ ਦੀ। ਕਾਸ਼ ਇਨਕਲਾਬ ਨੂੰ ਪਰਨਾਏ ਇਹ ਲੋਕ ਕਵੀ ਨੂੰ ਉਹਦੇ ਹੀ ਸਾਥੀ ਜੇ ਝੀਡਾਂ ਨਾ ਕਰਦੇ, ਤੋਮਤਾਂ ਨਾ ਲਗਾਉਂਦੇ, ਬਦਖੋਈ ਨਾ ਕਰਦੇ ਅਤੇ ਲੋਕ ਕਵੀ ਦੀ ਥਾਂ ਨੋਟ ਕਵੀ ਅਤੇ ਲਹੂ ਭਿੱਜੇ ਬੋਲਾਂ ਵਾਲਾ ਕਵੀ ਕਹਿਣ ਦੀ ਥਾਂ ਸ਼ਰਾਬ ਭਿੱਜੇ ਬੋਲਾਂ ਵਾਲਾ ਵਿਕਿਆ ਕਵੀ ਨਾ ਕਹਿੰਦੇ, ਤਾਂ ਸੰਭਵ ਸੀ ਉਹ ਵੱਧ ਵਰੇ ਜਿਉਂਦਾ ਅਤੇ ਹੋਰ ਲਿਖਦਾ ਅਤੇ ਗਾਉਂਦਾ। ਪੰਜਾਬੀ ਦੇ ਇਸ ਬਦਕਿਸਮਤ ਕਵੀ ਕੋਲ ਕੋਈ ਦੁਨਿਆਵੀ ਜਾਇਦਾਦ ਨਹੀਂ ਸੀ ਜਿਸ ਦੀ ਉਹ ਵਸੀਅਤ ਕਰਦਾ, ਫਿਰ ਵੀ ਉਸਨੇ ਵਸੀਅਤ ਲਿਖੀ। ਵਸੀਅਤ ਲਿਖਦਾ ਹੈ ਕਿ ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ, ਮੇਰੀ ਜ਼ਿੰਦਗੀ ਵੀ ਕੀ ਬਸ ਬੂਰ ਸਰਕੜੇ ਦਾ, ਆਹਾਂ ਦਾ ਸੇਕ ਕਾਫੀ
तीली बेशक ना लायो। होना नहीं मैं चाहता सड़के सुभा केरा, जद ढलेगा सूरज कण कण मेरा जलायो। वलगन च कैद होना मेरे मुनाफक नहीं, यारां दे वांग अर्थी सड़कां ते जलायो। जीवन तो मौत ताई आउंदे बड़े चुराहे, जिसदा है पंध बिखरा उसे ही राह लै जायो। मेरी मौत ते ना रहो, मेरी सोच नूं बचायो। तां ए सी लोक कवि संत रामदास दी जीवनी, जिसने हमेशा इनकलाब लई लिखिया गाया ते गरीबां बेसहारां मजदूरां दी आवाज़ बनिया। ते जदों तक पंजाब पंजाबी पंजाबीयत कायम है, उदों तक संत राम उदासी दे बोल हवा च गूंजदे रहणगे। मगदा रीवें सूरजा तू कमियां दे वेड़े।